ਇਸ ਟਾਈਮ ਤੇ ਅਸੀਂ ਪਿੰਡ ਬਸਤੀ ਰਾਮ ਲਾਲ ਵਿਖੇ ਵੱਡੀ ਗਿਣਤੀ ਚ ਵੇਖ ਰਹੇ ਜੋ ਮੇਰੇ ਮਗਰ ਕਿਸਾਨ ਮਜ਼ਦੂਰ ਇਕੱਤਰ ਹੋਏ ਆ ਨਾਲ ਮੇਰੇ ਜ਼ਿਲ੍ਹੇ ਦੇ ਸਾਥੀ ਆਗੂ ਸਾਹਿਬਾਨ। ਇੱਥੇ ਅਸੀਂ ਅੱਜ ਜਿਹੜਾ ਰਾਣਾ ਗੁਰਮੀਤ ਸਿੰਘ ਸੋਢੀ ਜੋ ਫਿਰੋਜ਼ਪੁਰ ਤੋਂ ਹਲਕਾ ਫਿਰੋਜ਼ਪੁਰ ਤੋਂ ਉਮੀਦਵਾਰ ਨੇ ਭਾਜਪਾ ਦੇ ਜੋ ਸਾਡੇ ਹਰਿਆਣਾ ਪੰਜਾਬ ਦੇ ਬਾਰਡਰਾਂ ਦੇ ਉੱਤੇ ਅੰਦੋਲਨ ਚੱਲ ਰਿਹਾ ਵਾ ਦੋਨਾਂ ਫੋਰਮਾਂ ਵੱਲੋਂ ਕਿਸਾਨ ਮਜ਼ਦੂਰ ਮੋਰਚਾ ਤੇ SKM ਗੈਰ ਰਾਜਨੀਤਿਕ ਵੱਲੋਂ ਉਹਨਾਂ ਵੱਲੋਂ ਐਲਾਨ ਉੱਥੋਂ ਕੀਤਾ ਗਿਆ ਸੀ ਕਿ ਭਾਜਪਾ ਦੇ ਉਮੀਦਵਾਰ ਜਦੋਂ ਵੀ ਪਿੰਡਾਂ ਸ਼ਹਿਰਾਂ ਦੇ ਵਿੱਚ ਚੋਣ ਪ੍ਰਚਾਰ ਵਾਸਤੇ ਆਉਂਦੇ ਆ ਸਾਡੇ ਉਹਨਾਂ ਦੇ ਪ੍ਰਤੀ ਸਵਾਲ ਹੈਗੇ ਨੇ ਕਿ ਆਹ ਜਿਹੜੀਆਂ 12 ਮੰਗਾਂ ਸ਼ਾਂਤਮਈ ਜਿਹੜੀਆਂ ਮੋਦੀ ਸਰਕਾਰ ਤੋਂ ਮਨਾਉਣ ਵਾਸਤੇ ਦਿੱਲੀ ਵੱਧ ਰਹੇ ਸੀ ਤੇ ਭਾਈ ਉਹਨਾਂ ਨੂੰ ਕਿੱਲ ਗੱਡ ਕੇ ਕਿਉਂ ਰੋਕਿਆ ਗਿਆ, ਸਾਡਾ ਕੀ ਕਸੂਰ ਆ, ਇਹ ਅਸੀਂ ਉਹਨਾਂ ਨੂੰ ਸਵਾਲ ਕਰਨ ਆਏ ਸੀ। ਅਸੀਂ ਦੇਸ਼ ਦੇ ਨਾਗਰਿਕ ਹਾਂ, ਸਾਨੂੰ ਦਿੱਲੀ ਕਿਉਂ ਨਹੀਂ ਜਾਣ ਦਿੱਤਾ ਗਿਆ, ਸਾਡਾ ਕੀ ਕਸੂਰ ਸੀ, ਸਾਡੇ ਖਾਲੀ ਹੱਥਾਂ ਦਾ ਜਿਹੜਾ ਲੜਾਈ ਲੜ ਰਹੇ ਸਾਡੇ ਕਿਸਾਨ ਮਜ਼ਦੂਰ ਉੱਥੇ ਰੋਡ ਦੇ ਉੱਤੇ ਜਿਹੜਾ ਉੱਥੇ ਖਿਲਾਰ ਕੇ ਉਹਨਾਂ ਦੇ ਉੱਤੇ ਅਥਰੂ ਗੈਸ ਦੇ ਗੋਲੇ ਸੁੱਟੇ ਗਏ ਆ, ਪਟਾਸ਼ ਦੇ ਬੰਬ ਸੁੱਟੇ ਗਏ ਆ, ਸਿੱਧੀਆਂ ਬੁਲਟ ਪ੍ਰੂਫ ਗੋਲੀਆਂ ਚਲਾਈਆਂ ਗਈਆਂ, ਸਾਡੇ ਸ਼ੁਭਕਰ ਨੂੰ ਖਨੌਰੀ ਬਾਰਡਰ ਦੇ ਉੱਤੇ ਸ਼ਹੀਦ ਕੀਤਾ ਗਿਆ, ਉਹਦਾ ਉਹਨਾਂ ਦਾ ਕੀ ਕਸੂਰ ਸੀ। ਤੇ ਜਿਹੜਾ ਸਾਡਾ MSP ਗਰੰਟੀ ਕਾਨੂੰਨ ਬਣਾਉਣ ਦੀ ਮੰਗ ਸੀ ਜਿਹਦੇ ਵਿੱਚ ਜਿਹੜਾ ਅੰਦੋਲਨ ਦਿੱਲੀ ਅੰਦੋਲਨ ਚੱਲਿਆ ਉਹਦੇ ਮੋਦੀ ਸਰਕਾਰ ਨੇ ਵਾਅਦਾ ਕੀਤਾ ਸੀ, ਕਿਉਂ ਨਹੀਂ ਲਾਗੂ ਕੀਤਾ ਗਿਆ? ਬਿਜਲੀ ਸੋਧ ਬਿੱਲ ਰੱਦ ਕਰਨ ਦੀ ਗੱਲ ਹੋਈ ਸੀ, ਕਿਉਂ ਲਾਗੂ ਕਰ ਦਿੱਤਾ ਗਿਆ ਅੰਦਰ ਖਾਤੇ? ਇਹਦੇ ਨਾਲ ਡਾਕਟਰ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਕਿਉਂ ਨਹੀਂ ਲਾਗੂ ਕੀਤੀ ਜਾ ਰਹੀ? ਇਹ ਸਾਰੇ ਸਵਾਲਾਂ ਦੇ ਜਵਾਬ ਲੈਣ ਲਈ ਅਸੀਂ ਰਾਣਾ ਗੁਰਮੀਤ ਸਿੰਘ ਸੋਢੀ ਦੇ ਕੋਲੇ ਪਹਿਲਾਂ ਕਸਬਾ ਹਰਫ ਕੇ ਜਿਹੜਾ ਹਵੇਲੀ ਪੈਲਸ ਦੇ ਬਾਹਰ ਅਸੀਂ ਉੱਥੇ ਇਕੱਤਰ ਹੋਏ ਸੀ, ਮੈਸੇਜ ਲਾਇਆ, ਉਹ ਸਵਾਲ ਦੇਣ ਤੋਂ ਉੱਥੇ ਵੀ ਭੱਜੇ ਆ। ਹੁਣ ਅਸੀਂ ਜਿਹੜਾ ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਬਸਤੀ ਰਾਮ ਲਾਲ ਵਿਖੇ ਵੱਡੇ ਪੱਧਰ ਤੇ ਇਕੱਤਰ ਹੋਏ ਹਾਂ, ਇੱਥੇ ਵੀ ਜਿਹੜੇ ਸਾਡੇ ਸਵਾਲਾਂ ਦੇ ਜਵਾਬ ਦੇਣ ਤੋਂ ਭੱਜੇ ਆ। ਅਸੀਂ ਸ਼ਾਂਤਮਈ ਰਹਿ ਕੇ ਕਾਲੇ ਝੰਡੇ ਵਿਖਾ ਕੇ ਨਾਅਰੇਬਾਜ਼ੀ ਕਰਕੇ ਵਿਰੋਧ ਉਹਨਾਂ ਦਾ ਕੀਤਾ ਵਾ। ਇਸੇ ਤਰ੍ਹਾਂ ਆਉਣ ਵਾਲੇ ਦਿਨਾਂ ਦੇ ਵਿੱਚ ਜਿੱਥੇ ਇੱਥੇ ਪ੍ਰੋਗਰਾਮ ਰੱਖਣਗੇ ਅਸੀਂ ਸ਼ਾਂਤਮਈ ਰਹਿ ਕੇ ਜੇਕਰ ਸਾਡੇ ਸਵਾਲਾਂ ਦੇ ਜਵਾਬ ਨਹੀਂ ਦਿੰਦੇ ਤੇ ਇਸੇ ਤਰ੍ਹਾਂ ਸਾਡਾ ਵਿਰੋਧ ਜਿਹੜਾ ਉਹ ਜਾਰੀ ਰਹੇਗਾ।